ਬਿਲਕੁਲ ਸਰ, ਸੇਲ ਲਾਈ ਹੋਈ ਹੈ, ਆਈਫੋਨ 6 ਤੁਹਾਨੂੰ ਦੇ ਦਾਂਗੇ 4000 ਦੇ ਵਿੱਚ, ਇੱਕ ਨਹੀਂ ਦੋ ਨਹੀਂ, ਜਿੰਨੇ ਪੀਸ ਕਹੋਗੇ ਬਹੁਤ ਸਾਰੇ ਅਵੇਲੇਬਲ, ਅਤੇ ਕੰਡੀਸ਼ਨ ਬ੍ਰਾਂਡ ਨਿਊ ਨਹੀਂ, ਕਿ ਸਕਰੈਚੀ ਫੋਨ ਹੋਊਗਾ ਤੁਸੀਂ ਚੈੱਕ ਕਰਾ ਸਕਦੇ ਹੋ, ਕੰਡੀਸ਼ਨ ਆ ਬਿਲਕੁਲ ਬ੍ਰਾਂਡ ਨਿਊ 4000 ਦੇ ਵਿੱਚ, 4000 ਬਿਲਕੁਲ ਸਰ, ਟੈਸਟਿੰਗ ਵਾਰੰਟੀ ਦੇਵਾਂਗੇ, ਮੰਨ ਕੇ ਚਲੋ ਤੁਸੀਂ ਮੇਰੇ ਕੋਲ 15 ਪ੍ਰੋ ਲੈ ਗਏ, 14 ਪ੍ਰੋ ਸੈਕਿੰਡ ਹੈਂਡ ਲੈ ਗਏ, ਜਿਹਦੀ ਜਿਹੜਾ ਵਾਰੰਟੀ ਆਊਟ ਵੀ ਲੈ ਗਏ, ਤੁਹਾਨੂੰ ਘਰ ਜਾ ਕੇ ਲੱਗਦਾ 2-4 ਦਿਨ, ਹਫ਼ਤੇ ਨੂੰ ਵੀ ਲੱਗਦਾ ਕਿ ਨਹੀਂ ਯਾਰ ਫੋਨ ਕੋਈ ਪ੍ਰੋਬਲਮ ਕਰਦਾ, ਆਪਣੇ ਕੋਲ ਫ੍ਰੀ ਰਿਪਲੇਸਮੈਂਟ ਹੈਗੀ ਹੈ ਜੀ ਉਸ ਚੀਜ਼ ਦੀ, ਕੋਈ ਚੱਕਰ ਨਹੀਂ ਹੈਗਾ, ਇਹ ਨਹੀਂ ਹੈ ਕਿ ਤੁਸੀਂ ਸਾਡੀ ਦੁਕਾਨ 'ਤੇ ਖੜ੍ਹ ਕੇ ਬਾਹਰ ਚਲੇ ਗਏ ਤਾਂ ਆਪਾਂ ਕਹਾਂਗੇ ਨਹੀਂ ਯਾਰ ਸਾਨੂੰ ਨਹੀਂ ਪਤਾ ਤੁਸੀਂ ਕੀ ਕਰ ਲਿਆਊਗਾ, ਸਾਡੇ ਕੋਲ ਤੁਹਾਨੂੰ ਆਈਫੋਨ 6 ਤੋਂ ਲੈ ਕੇ 15 ਪ੍ਰੋ ਮੈਕਸ ਤੱਕ ਸਾਰੇ ਮਿਲ ਜਾਣਗੇ, ਡੱਬਾ ਬੰਦ ਜਿਹੜੇ ਮਾਡਲ ਰਨਿੰਗ 'ਚ ਆ ਰਹੇ ਉਹ ਮਿਲ ਜਾਣਗੇ, ਬਾਕੀ ਲੂਜ਼ ਦੇ ਵਿੱਚ ਮਿਲ ਜਾਣਗੇ, 15 ਪ੍ਰੋ ਮਿਲ ਜੂਗੇ ਜੀ, 12 ਮਿਲ ਜਾਣਗੇ, 7 ਮਿਲ ਜਾਣਗੇ, ਤੁਹਾਨੂੰ ਮੈਂ 15 ਪ੍ਰੋ 'ਤੇ ਡੀਲ ਓਪਨ ਬੁੱਕ 'ਤੇ ਦੇ ਦੇਣਾ ਜੀ, ਤੁਹਾਨੂੰ 81,500 ਦੇ ਵਿੱਚ 15 ਪ੍ਰੋ ਦੇ ਦਾਂਗੇ, 81,500 ਦੇ ਵਿੱਚ 9-10 ਮਿੰਟ ਦੀ ਵਾਰੰਟੀ ਹੋਊਗੀ ਜੀ, ਕਿਤੇ ਨਹੀਂ ਰੇਟ ਮਿਲਣਾ, ਆਈਫੋਨ 11 128GB ਦੇ ਦਾਂਗੇ ਜੀ, ਸਾਡਾ ਸੀਨ ਹੈਗਾ ਆਪਾਂ ਜ਼ਿਆਦਾ ਗਿਫਟ ਟੂ ਗਿਫਟ ਨਹੀਂ ਖੇਡਦੇ, ਕਿਉਂਕਿ ਉਹ ਗਿਫਟ ਦੇ ਪੈਸੇ ਵੀ ਕਸਟਮਰ ਦੀ ਜੇਬ 'ਚੋਂ ਨਿਕਲਦੇ ਆ ਡਾਇਰੈਕਟਲੀ ਆਰ ਇਨਡਾਇਰੈਕਟਲੀ, ਜਾਂ ਤਾਂ ਰੇਟ ਪਹਿਲਾਂ ਵੱਧ ਲੱਗ ਜਾਂਦਾ, ਜਦੋਂ ਤੁਸੀਂ ਕਿਸ਼ਤਾਂ ਕਰਦੇ ਹੋ ਉਹਦੇ ਵਿੱਚ ਤੁਹਾਡੀ ਡਾਊਨ ਪੇਮੈਂਟ ਜਾਂ ਕਿਸ਼ਤ ਵਧਾ ਕੇ ਉਹ ਤੁਹਾਡੇ ਸਿਰ ਹੀ ਪੈਣੇ ਪੈਸੇ, ਠੀਕ ਹੈ, ਤੁਸੀਂ ਕਹਿਣਾ ਚਾਹੁੰਦੇ ਕਿ ਮਾਰਕੀਟ ਨਾਲ ਰੇਟ ਸਸਤਾ, ਗਰੰਟੀ ਹੈ ਗਿਫਟ ਘੱਟ ਹੋਣਗੇ ਬਟ ਰੇਟ ਬੈਸਟ ਹੋਊਗਾ, ਤੁਸੀਂ ਕਿਤੇ ਵੀ ਟਰਾਈ ਕਰਕੇ ਆ ਸਕਦੇ ਹੋ ਜੀ, ਆਈਫੋਨ 13 80 ਰੁਪਏ ਦੇ ਵਿੱਚ ਆਪਾਂ ਦੇ ਦਾਂਗੇ ਜੀ, ਕਿਆ ਪਤਾ 80 ਰੁਪਏ 'ਚ ਤੁਸੀਂ ਦੇ ਰਹੇ ਹੋ, ਬਿਲਕੁਲ ਸਰ, ਆਈਫੋਨ 13 80 ਰੁਪਏ 'ਚ, ਅਤੇ ਆਈਫੋਨ 15 ਲਾਓਗੇ ਤਾਂ ਉਹਦੀ ਆਲਮੋਸਟ 100 ਰੁਪਏ ਜਿਹੜੀ ਐਵਰੇਜ ਬਣਦੀ ਹੈ ਜੀ, ਕਹਿਣ ਦਾ ਮਤਲਬ ਕਿ 100 ਰੁਪਏ ਪਰ ਡੇ 'ਤੇ, ਬਿਲਕੁਲ ਬਿਲਕੁਲ ਜੀ, ਐਵਰੇਜ ਉਹਦੀ 100 ਰੁਪਏ ਬਣਦੀ ਹੈ ਜੀ, ਮੈਂ ਤੁਹਾਨੂੰ ਰੇਟ ਦਾ ਚੈਲੰਜ ਦੱਸ ਦਿੰਦਾ ਜੀ, 80 ਰੁਪਏ ਤੋਂ ਵੀ ਆਪਣੇ ਕੋਲ ਫੋਨ ਸਟਾਰਟ ਹੈਗਾ, ਪਲੱਸ 15 ਪ੍ਰੋ ਦੇ ਓਪਨ ਰੇਟ ਚੈਲੰਜ ਆ, ਕਿਸੇ ਨੇ ਜੇ ਕੈਸ਼ ਵੀ ਲੈਣਾ ਫੋਨ ਤਾਂ ਉਹਦੇ ਲਈ 92,000 ਤੋਂ 15 ਪ੍ਰੋ ਨੈਚੁਰਲ ਟਾਈਟੇਨੀਅਮ ਕਲਰ ਡੱਬਾ ਬੰਦ, 92,000 ਤੋਂ ਸਟਾਰਟ ਹੈ, ਤੁਸੀਂ ਪੂਰਾ ਜਲੰਧਰ ਘੁੰਮ ਕੇ ਆ ਜਾਓ, ਤੁਹਾਨੂੰ ਕਿਤੇ ਵੀ ਇਹ ਰੇਟ ਨਹੀਂ ਮਿਲਣਾ, ਇਹ ਤਾਂ ਨਹੀਂ ਸਿਰਫ ਡੱਬਾ ਸਿਰਫ ਅਸਲੀ ਉਹਦੇ ਬਾਅਦ 'ਚ ਮਾਲ ਜਿਹੜਾ ਨਕਲੀ, ਨਹੀਂ ਫੁੱਲ 1 ਈਅਰ ਵਾਰੰਟੀ ਵਾਲੇ ਫੋਨ ਹੋਣਗੇ, ਪਲੱਸ ਇਹ ਹੈ ਕਿ 92,000 ਅੱਜ ਦਾ ਰੇਟ ਆ, ਹੋ ਸਕਦਾ ਜਦੋਂ ਤੱਕ ਤੁਸੀਂ ਮੇਰੀ ਸ਼ੋਪ 'ਤੇ ਆਓ 92,000 ਦਾ 90,000 ਜਾਂ 91,000 ਵੀ ਹੋ ਸਕਦਾ, ਜੋ ਅੱਜ ਦਾ ਰੇਟ ਤੁਹਾਨੂੰ ਸਿਰਫ, ਕਿਉਂਕਿ ਜਿਹੜੇ ਆਹ ਵਾਲੇ ਫੋਨ ਹੈ ਤਾਂ ਡੇਲੀ ਰੇਟ ਘੱਟਦੇ ਰਹਿੰਦੇ ਆ ਜੀ, ਜਸਟ ਓਪਨ ਬਾਕਸ ਫੋਲਡ ਵਿਦ ਕਾਲ ਰਿਕਾਰਡਿੰਗ, ਬਹੁਤੇ ਲੋਕਾਂ ਨੂੰ ਹੁੰਦਾ ਕਿ ਕਾਲ ਰਿਕਾਰਡਿੰਗ ਚਾਹੀਦੀ, 55,000 ਦੇ ਵਿੱਚ ਦੇ ਦਾਂਗੇ ਫੋਲਡ 3 ਫੋਨ, ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ, ਚੈੱਕ ਕਰ ਸਕਦੇ ਹੋ ਜੀ ਤੁਸੀਂ, ਕੋਈ ਬੰਦਾ ਦੂਰ ਦਾ ਆਇਆ 100 ਤੋਂ 100 ਕਿਲੋਮੀਟਰ ਤੋਂ, ਕੋਈ 200-500 ਹਜ਼ਾਰ ਕਿਲੋਮੀਟਰ ਵੀ ਬੈਠਾ, ਆਪਾਂ ਉਹਦੇ ਲਈ ਹੈਗਾ ਕਿ ਉਹਨੂੰ ਆਪਾਂ ਸੈਮਸੰਗ ਦੇ ਫੋਨ ਫਾਈਨੈਂਸ ਕਰਕੇ ਦੇਖ ਸਕਦੇ ਹਾਂ, ਕੋਈ ਬੰਦੇ ਦਾ ਸਿਬਲ ਜ਼ਿਆਦਾ ਖਰਾਬ ਆ, ਉਹ 'ਚੋਂ ਵੀ 100-99 ਬੰਦੇ ਦੀ ਅਪਰੂਵਲ ਆ ਜਾਂਦੀ ਹੈ ਸੈਮਸੰਗ ਦੇ ਵਿੱਚ, ਜੇ ਕੋਈ ਦੂਰ ਦਾ ਇਹ ਬੰਦਾ ਵੀ ਹੈਗਾ, ਆਈਫੋਨ 15 ਲਾਓਗੇ, 15 ਪਲੱਸ ਵਗੈਰਾ ਲਾਓਗੇ ਤੁਸੀਂ, ਅਤੇ ਇਹਦੇ ਵਿੱਚ ਜਿਹੜਾ ਤੁਹਾਡੇ ਕੋਲ ICICI ਜਾਂ SBI ਦਾ ਕ੍ਰੈਡਿਟ ਕਾਰਡ ਹੈਗਾ, ਤਾਂ 6,000 ਦੇ ਉੱਤੇ ਕੈਸ਼ਬੈਕ, ਪਲੱਸ 6 ਮਹੀਨੇ ਦੀ ਜਿਹੜੀ ਆ ਨੋ ਕੋਸਟ EMI ਹੈ, 6 ਮਹੀਨੇ ਦੀ EMI 'ਤੇ ਕੋਈ ਇੰਟਰਸਟ ਨਹੀਂ ਹੈਗਾ, ਤੁਹਾਡੇ ਕੋਲ ਕਾਰਡ ਹੋਣਾ ਚਾਹੀਦਾ। ਫਗਵਾੜੇ ਤੋਂ ਜਲੰਧਰ ਦੇ ਵਿੱਚ ਲਵਲੀ ਯੂਨੀਵਰਸਿਟੀ ਆਉਂਦੀ ਹੈ ਜੀ, ਸੈਂਟਰ ਪੁਆਇੰਟ, ਜਲੰਧਰ ਵਾਲਿਆਂ ਨੂੰ ਵੀ ਆਉਂਦੀ ਹੈ, ਫਗਵਾੜੇ ਵਾਲਿਆਂ ਨੂੰ ਵੀ, ਅੱਜ ਕੱਲ੍ਹ ਈਸਟ ਰੋਡ ਤੋਂ ਹਰੇਕ ਕੋਈ ਆਉਂਦੀ ਆ, ਸਾਡੀ ਦੁਕਾਨ 'ਤੇ ਈਸਟ ਰੋਡ ਤੋਂ 2 ਮਿੰਟ ਲੱਗਦੇ ਉਹਨੂੰ, ਮੇਨ GT ਰੋਡ ਤੋਂ ਜਦੋਂ ਯੂਨੀਵਰਸਿਟੀ ਤੋਂ ਮੇਨ GT ਰੋਡ ਆਉਂਦਾ ਆ, ਉਸ ਤੋਂ ਤੁਸੀਂ ਜਦੋਂ ਮੇੜੂ ਰੋਡ, ਲਾਗ ਗੇਟ ਰੋਡ ਸਾਰਿਆਂ ਨੇ ਸੁਣਿਆ ਹੋਣਾ ਆ, ਉਸ ਰੋਡ 'ਤੇ ਆਉਂਦੇ ਹੋ ਲਵਲੀ ਯੂਨੀਵਰਸਿਟੀ ਤੋਂ, ਤਾਂ ਤੁਹਾਨੂੰ ਸਾਡੀ ਸ਼ੋਪ ਮਿਲ ਜੂਗੀ, GT ਰੋਡ 'ਤੇ ਸਿਰਫ 500 ਮੀਟਰ ਜਿਹੜੇ ਆ ਹੈਗਾ, ਤੁਸੀਂ ਮੈਪ ਦੇ ਵਿੱਚ ਜਸਟ ਐਰੀ ਲਵਾਉਣਾ ਸਰਚ ਕਰ ਲਓਗੇ, ਤਾਂ ਤੁਹਾਨੂੰ ਸਾਡੇ ਸਟੋਰ ਦੀ ਲੋਕੇਸ਼ਨ ਮਿਲ ਜੂਗੀ। ਨਮਸਕਾਰ ਦੋਸਤੋ, ਅੱਜ ਰੈੱਡ ਜ਼ੋਨ ਕ੍ਰਾਈਮ ਨਿਊਜ਼ ਟੀਮ ਪਹੁੰਚੀ ਹੈ ਫੋਨ ਜ਼ੋਨ ਐਰੀ ਲਵਾਣਾ ਵਿਖੇ, ਅਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਐਰੀ ਵੀਰ ਜੀ ਨਾਲ। ਨਮਸਕਾਰ ਵੀਰ ਜੀ, ਬਹੁਤ ਵਧੀਆ ਸਰ, ਤੁਸੀਂ ਅੱਜ ਬੜੇ ਸੇਲ ਆਈ, ਕੀ ਗੱਲ ਸੇਲ ਆਈ? ਬਿਲਕੁਲ ਸਰ, ਸੇਲ ਲਾਈ ਹੋਈ ਹੈ, ਆਈਫੋਨ 6 ਤੁਹਾਨੂੰ ਦੇ ਦਾਂਗੇ 4000 ਦੇ ਵਿੱਚ, ਇੱਕ ਨਹੀਂ ਦੋ ਨਹੀਂ, ਜਿੰਨੇ ਪੀਸ ਕਹੋਗੇ ਬਹੁਤ ਸਾਰੇ ਅਵੇਲੇਬਲ, ਅਤੇ ਕੰਡੀਸ਼ਨ ਬ੍ਰਾਂਡ ਨਿਊ ਨਹੀਂ, ਕਿ ਸਕਰੈਚੀ ਫੋਨ ਹੋਊਗਾ ਤੁਸੀਂ ਚੈੱਕ ਕਰਾ ਸਕਦੇ ਹੋ, ਕੰਡੀਸ਼ਨ ਆ ਬਿਲਕੁਲ ਬ੍ਰਾਂਡ ਨਿਊ 4000 ਦੇ ਵਿੱਚ, 4000 ਤੁਸੀਂ ਦੋਗੇ ਬਿਲਕੁਲ ਸਰ। ਅਤੇ ਤੁਸੀਂ ਇੰਸਟਾਗ੍ਰਾਮ ਔਰ ਫੇਸਬੁੱਕ 'ਚ ਕਹੋ ਵੀ ਛਾਏ ਹੋਏ, ਅਤੇ ਦੱਸਿਆ ਜਾ ਰਿਹਾ ਕਿ ਤੁਸੀਂ ਕਾਫੀ ਫੋਨ ਸਸਤੇ ਦਿੰਦੇ ਮਾਰਕੀਟ ਨਾਲ, ਕਦੇ ਕਿੰਨੀ ਕੁ ਸੱਚਾਈ ਹੈ ਸਰ? ਬਿਲਕੁਲ ਸੱਚੀ ਜਿਹੜੀ ਤੁਸੀਂ ਨਿਊਜ਼ ਸੁਣੀ ਹੈ, ਅਤੇ ਰੇਟ ਦਾ ਚੈਲੰਜ ਆ, ਤੁਸੀਂ ਕੋਈ ਵੀ ਬੰਦਾ ਜਲੰਧਰ 'ਚ ਫਗਵਾੜੇ ਆਲੇ ਦੁਆਲੇ ਕਿਤੇ ਵੀ 5-7-10 ਸ਼ਹਿਰਾਂ 'ਚ ਰੇਟ ਟਰਾਈ ਕਰਕੇ ਮੇਰੇ ਕੋਲ ਆ ਜਾਵੇ, ਸਾਡੇ ਤੋਂ ਬੈਸਟ ਰੇਟ ਤੁਹਾਨੂੰ ਕਿਤੇ ਨਹੀਂ ਮਿਲੂਗਾ, ਸਪੈਸ਼ਲੀ ਆਈਫੋਨ ਦੇ ਵਿੱਚ। ਬਾਕੀ ਫੋਨਾਂ 'ਤੇ ਵੀ ਮੈਂ ਤੁਹਾਨੂੰ ਰੇਟ ਦਾ ਚੈਲੰਜ ਦੱਸ ਦਿੰਦਾ ਜੀ, 80 ਰੁਪਏ ਤੋਂ ਵੀ ਆਪਣੇ ਕੋਲ ਫੋਨ ਸਟਾਰਟ ਹੈਗਾ, ਪਲੱਸ
15 ਪ੍ਰੋ ਦੇ ਓਪਨ ਰੇਟ ਚੈਲੰਜ ਆ। ਕਿਸੇ ਨੇ ਜੇ ਕੈਸ਼ ਵੀ ਲੈਣਾ ਫੋਨ ਤਾਂ ਉਹਦੇ ਲਈ 92,000 ਦੋ 15 ਪ੍ਰੋ ਨੈਚੁਰਲ ਟਾਈਟੇਨੀਅਮ ਕਲਰ ਡੱਬਾ ਬੰਦ 92,000 ਤੋਂ ਸਟਾਰਟ ਆ। ਤੁਸੀਂ ਪੂਰਾ ਜਲੰਧਰ ਘੁੰਮ ਕੇ ਆਜੋ, ਤੁਹਾਨੂੰ ਕਿਤੇ ਵੀ ਇਹ ਰੇਟ ਨਹੀਂ ਮਿਲਣਾ। ਇਹ ਤਾਂ ਨਹੀਂ ਸਿਰਫ ਡੱਬਾ, ਸਿਰਫ ਅਸਲੀ ਉਹਦੇ ਬਾਅਦ 'ਚ ਮਾਲ ਜਿਹੜਾ ਨਕਲੀ ਨੇ, ਫੁੱਲ 1 ਈਅਰ ਵਾਰੰਟੀ ਵਾਲੇ ਫੋਨ ਹੋਣਗੇ। ਪਲੱਸ ਇਹ ਆ ਕਿ 92,000 ਅੱਜ ਦਾ ਰੇਟ ਆ, ਹੋ ਸਕਦਾ ਜਦੋਂ ਤੱਕ ਤੁਸੀਂ ਮੇਰੀ ਸ਼ੋਪ 'ਤੇ ਆਵੋ 92,000 ਦਾ 90,000 ਜਾਂ 91,000 ਵੀ ਹੋ ਸਕਦਾ ਜੋ ਅੱਜ ਦਾ ਰੇਟ ਤੁਹਾਨੂੰ ਦੱਸਿਆ, ਕਿਉਂਕਿ ਜਿਹੜੇ ਆਹ ਵਾਲੇ ਫੋਨ ਆ ਇਹਦੇ ਡੇਲੀ ਰੇਟ ਘੱਟਦੇ ਰਹਿੰਦੇ ਆ ਜੀ। ਅਤੇ ਬਾਕੀ ਫੋਨਾਂ ਦਾ ਮਾੜਾ ਦਰਸ਼ਕਾਂ ਨੂੰ ਦੱਸੋ ਜੀ। ਬਾਕੀ ਫੋਨਾਂ ਦਾ ਜਿੱਦਾਂ ਮੇਰੇ ਕਿਸੇ ਭਰਾ ਨੇ EMI 'ਤੇ ਫੋਨ ਲੈਣਾ ਹੋਵੇ ਨਾ, ਆਪਾਂ EMI 100 ਤੋਂ 150 ਕਿਲੋਮੀਟਰ ਕਰ ਦਿੰਦੇ ਹਾਂ। ਜੇ ਮੇਰੀ ਸ਼ੋਪ ਤੋਂ ਕੋਈ ਮੰਨ ਕੇ ਚਲੋ ਕਿ ਅੰਮ੍ਰਿਤਸਰ ਵੀ ਬੰਦਾ ਬੈਠਾ ਜਾਂ ਲੁਧਿਆਣੇ ਬੈਠਾ ਪਟਿਆਲੇ ਬੈਠਾ, ਆਪਾਂ ਉਹਨੂੰ ਵੀ ਫੋਨ ਜਿਹੜਾ ਕਿਸ਼ਤਾ ਦੇ ਦੇਵਾਂਗੇ। ਉਹਦਾ ਸਿਬਲ ਗੁੱਡ ਹੋਣਾ ਚਾਹੀਦਾ ਆ। ਆਈਫੋਨ 13 80 ਰੁਪਏ ਦੇ ਵਿੱਚ ਆਪਾਂ ਦੇ ਦਾਂਗੇ ਜੀ। ਕਿਆ ਪਤਾ 80 ਰੁਪਏ 'ਚ ਤੁਸੀਂ ਦੇ ਰਹੇ ਹੋ। ਬਿਲਕੁਲ ਸਰ, ਆਈਫੋਨ 13 80 ਰੁਪਏ 'ਚ ਅਤੇ ਆਈਫੋਨ 15 ਲਾਓਗੇ ਤਾਂ ਉਹਦੀ ਆਲਮੋਸਟ 100 ਰੁਪਏ ਜਿਹੜੀ ਐਵਰੇਜ ਬਣਦੀ ਹੈ ਜੀ। ਕਹਿਣ ਦਾ ਮਤਲਬ ਕਿ 100 ਰੁਪਏ ਪਰ ਡੇ 'ਤੇ ਕਹਿਣ ਦਾ। ਬਿਲਕੁਲ ਬਿਲਕੁਲ ਜੀ, ਐਵਰੇਜ ਉਹਦੀ 100 ਰੁਪਏ ਬਣਦੀ ਹੈ ਜੀ। ਬਿਲਕੁਲ ਵੀ ਇਹ ਹੁੰਦਾ ਵਾ ਜਿਹੜਾ 100 ਕਿਲੋਮੀਟਰ ਤੋਂ ਤੁਸੀਂ ਦੱਸ ਰਹੇ ਹੋ ਕਿ ਜਾ ਕੇ ਲੈ ਸਕਦੇ ਹੋ, ਲੇਕਿਨ ਕਈ ਵਾਰ ਅਸੀਂ ਕਾਫੀ ਕਰੀ ਦੀ ਐਡ ਤੋਂ ਬਾਅਦ 'ਚ ਕਹਿੰਦੇ ਸਾਡੇ ਕੋਲ ਮਾਲ ਖਤਮ ਹੋ ਗਿਆ। ਇੱਦਾਂ ਤਾਂ ਨਹੀਂ, ਇੱਦਾਂ ਦਾ ਕੋਈ ਸੀਨ ਨਹੀਂ ਹੈ। ਕੰਡੀਸ਼ਨ ਇਹੀ ਹੈ ਕਿ ਬੰਦੇ ਦਾ ਸਿਬਲ ਗੁੱਡ ਹੋਣਾ ਚਾਹੀਦਾ, ਉਹਦੇ ਡਾਕੂਮੈਂਟ 'ਚ ਉਹਦਾ ਸਿਬਲ ਵਧੀਆ, ਅਤੇ ਆਪਾਂ ਨੂੰ ਕੋਈ ਚੱਕਰ ਨਹੀਂ, ਆਪਾਂ ਤਾਂ ਡਾਕੂਮੈਂਟ ਅਪਲੋਡ ਕਰਨੇ ਆ, ਉਹਦੀ ਅਪਰੂਵਲ ਵਧੀਆ ਆਜੂਗੀ ਅਤੇ ਮਿਲੂਗਾ ਫੋਨ, ਕੋਈ ਚੱਕਰ ਨਹੀਂ। ਆਪਣੇ ਕੋਲ ਹੋਰ ਕਿਹੜੀ ਕੰਪਨੀ ਦੇ ਫੋਨ? ਆਪਣੇ ਕੋਲ ਸਰ ਮੋਟਰੋਲਾ ਮਿਲ ਜੂਗਾ, ਜਿਹੜਾ ਕਿ ਅੱਜ ਦੀ ਡੇਟ 'ਚ ਮੋਸਟ ਟ੍ਰੈਂਡਿੰਗ ਫੋਨ ਆ। ਤੁਸੀਂ ਆਨਲਾਈਨ ਵੀ ਚੈੱਕ ਕਰੋਗੇ, ਇਹਦੇ ਮਾਡਲ ਬਹੁਤ ਵਧੀਆ, 7,000 ਦੇ ਵਿੱਚ 4-64 ਫੋਨ ਬਹੁਤ ਵਧੀਆ ਮਿਲ ਜਾਂਦੇ। ਸਕਰੀਨ 'ਚ ਵੀ ਦੱਸ ਦਿਓ ਕਿਹੜਾ ਫੋਨ ਹੈਗਾ। ਮੋਟਰੋਲਾ G04 7,000 ਦਾ ਫੋਨ ਆ, ਨਾਲ ਤੁਹਾਨੂੰ ਇਹਦੇ ਨੈੱਕ ਬੈਂਡ ਬਿਲਕੁਲ ਫ੍ਰੀ ਮਿਲੂਗਾ। ਬਾਕੀ ਰਹੀ ਗੱਲ ਗਿਫਟ, ਤੁਸੀਂ ਮੈਨੂੰ ਪਹਿਲਾਂ ਵੀ ਪੁੱਛਿਆ ਸੀ ਜ਼ਿਆਦਾ ਗਿਫਟ ਦੇਣੇ ਕਿ ਨਹੀਂ ਦੇਣੇ। ਸਾਡਾ ਸੀਨ ਹੈਗਾ ਆਪਾਂ ਜ਼ਿਆਦਾ ਗਿਫਟ ਨਹੀਂ ਖੇਡਦੇ, ਕਿਉਂਕਿ ਉਹ ਗਿਫਟ ਦੇ ਪੈਸੇ ਵੀ ਕਸਮ ਦੀ ਜੇਬ 'ਚੋਂ ਨਿਕਲਦੇ ਆ ਡਾਇਰੈਕਟਲੀ ਆਰ ਇਨਡਾਇਰੈਕਟਲੀ। ਜਾਂ ਤਾਂ ਰੇਟ ਪਹਿਲਾਂ ਵੱਧ ਲੱਗ ਜਾਂਦਾ, ਜਾਂ ਜੋ ਤੁਸੀਂ ਕਿਸ਼ਤਾਂ ਕਰਦੇ ਹੋ ਉਹਦੇ ਵਿੱਚ ਤੁਹਾਡੀ ਡਾਊਨ ਪੇਮੈਂਟ ਜਾਂ ਕਿਸ਼ਤ ਵਧਾ ਕੇ ਉਹ ਤੁਹਾਡੇ ਸਿਰ ਹੀ ਪੈਣੇ ਪੈਸੇ। ਠੀਕ ਹੈ, ਤੁਸੀਂ ਕਹਿਣਾ ਚਾਹੁੰਦੇ ਕਿ ਮਾਰਕੀਟ ਨਾਲ ਰੇਟ ਸਸਤਾ ਦੀ ਗਰੰਟੀ ਹੈ, ਗਿਫਟ ਘੱਟ ਹੋਣਗੇ ਬਟ ਰੇਟ ਬੈਸਟ ਹੋਊਗਾ, ਤੁਸੀਂ ਕਿਤੇ ਵੀ ਟਰਾਈ ਕਰਕੇ ਆ ਸਕਦੇ ਹੋ ਜੀ। ਤੇ ਹੋਰ ਕਿਹੜੀ ਕੰਪਨੀ ਦਾ ਵੀਰ ਜੀ ਹੈਗਾ? ਆਪਣੇ ਕੋਲ ਵੀਵੋ ਮਿਲ ਜੂਗਾ, ਸੈਮਸੰਗ ਮਿਲ ਜੂਗਾ ਜੀ, ਇਨਫਿਨਿਕਸ ਮਿਲ ਜੂਗਾ, ਮਤਲਬ ਕਿ ਜਿੰਨੇ ਵੀ ਮੇਜਰ ਬ੍ਰਾਂਡ ਚੱਲਦੇ ਆ, ਗੂਗਲ ਪਿਕਸਲ ਵਗੈਰਾ ਵੀ ਮਿਲ ਜੂਗਾ। ਤੇ ਇੱਕ ਚੀਜ਼ ਹੋਰ ਹੈ ਕਿ ਜਿੱਦਾਂ ਕਿ ਕੋਈ ਬੰਦਾ ਦੂਰ ਦਾ ਹੈ, 100 ਕਿਲੋਮੀਟਰ ਤੋਂ ਕੋਈ 200-500-1000 ਕਿਲੋਮੀਟਰ ਵੀ ਬੈਠਾ, ਆਪਾਂ ਉਹਦੇ ਲਈ ਹੈਗਾ ਕਿ ਉਹਨੂੰ ਆਪਾਂ ਸੈਮਸੰਗ ਦੇ ਫੋਨ ਫਾਈਨੈਂਸ ਕਰਕੇ ਦੇ ਸਕਦੇ ਹਾਂ। ਕੋਈ ਬੰਦੇ ਦਾ ਸਿਬਲ ਜ਼ਿਆਦਾ ਖਰਾਬ ਆ, ਉਹ 'ਚੋਂ ਵੀ 100-99 ਬੰਦੇ ਦੀ ਅਪਰੂਵਲ ਆ ਜਾਂਦੀ ਹੈ ਸੈਮਸੰਗ ਦੇ ਵਿੱਚ, ਜੇ ਕੋਈ ਦੂਰ ਦਾ ਇਹ ਬੰਦਾ ਵੀ ਹੈਗਾ। ਲੋਕੀ ਤਾਂ ਕਹਿੰਦੇ ਕਿ 60 ਕਿਲੋਮੀਟਰ ਤੱਕ ਅੱਗੇ ਜਾ ਨਹੀਂ ਸਕਦੇ, ਲੇਕਿਨ ਤੁਸੀਂ ਇੰਨੇ 1000 ਕਿਲੋਮੀਟਰ ਵੀ ਦੱਸੇ ਜਾ ਰਹੇ ਹੋ। ਉਹ ਨਹੀਂ ਜੀ, ਆਪਾਂ ਕਰ ਦਾਂਗੇ ਜੀ। ਜੇ ਆਈਫੋਨ ਵਗੈਰਾ ਹੋਰ ਬ੍ਰਾਂਡ ਲੈਣੇ ਤਾਂ 100-150 ਕਿਲੋਮੀਟਰ ਮੈਂ ਕਲੀਅਰ ਕਰਦਾ ਨਾ। ਜੇ ਬਾਕੀ ਤੁਸੀਂ ਆਲ ਓਵਰ ਇੰਡੀਆ 'ਚੋਂ ਕਿਤੋਂ ਵੀ ਹੋ, ਗੁਜਰਾਤ ਤੋਂ ਚਾਹੇ ਤੁਸੀਂ ਉਡੀਸਾ ਦੇ ਹੋਵੇ, ਤੁਹਾਨੂੰ ਆਪਾਂ ਸੈਮਸੰਗ ਦਾ ਫੋਨ ਫਾਈਨੈਂਸ ਕਰ ਦਾਂਗੇ ਉਹਦੇ ਵਿੱਚ ਜੀ, ਦੂਰ ਦੇ ਏਰੀਆ ਲਈ। ਬਾਕੀ 100-150 ਕਿਲੋਮੀਟਰ ਕਵਰ ਕਰਦੇ ਹਾਂ, ਪਲੱਸ ਪੰਜਾਬ ਪੁਲਿਸ ਦਾ ਇਹ ਆ ਕਿ ਪੰਜਾਬ ਪੁਲਿਸ ਦਾ ਬੰਦਾ ਪੂਰੇ ਪੰਜਾਬ 'ਚੋਂ ਕਿਤੇ ਵੀ ਹੋਵੇ, ਉਹਨੂੰ ਆਪਾਂ ਆਈਫੋਨ ਫਾਈਨੈਂਸ ਕਰ ਦਾਂਗੇ ਪੰਜਾਬ ਪੁਲਿਸ ਜੀ, ਪੰਜਾਬ ਪੁਲਿਸ ਵਾਲੇ ਨੂੰ। ਕੋਈ ਆਰਮੀ ਵਾਲਿਆਂ ਨੂੰ ਵੀ ਰਿਆਇਤ ਦਿੱਤੀ ਜਾ ਰਹੀ ਹੈ? ਐਕਚੁਅਲੀ ਆਰਮੀ ਵਾਲਿਆਂ ਲਈ ਅਜੇ ਸਾਡੇ ਕੋਈ ਸਪੈਸ਼ਲ ਆਫਰ ਨਹੀਂ ਹੈਗਾ, ਪੰਜਾਬ ਪੁਲਿਸ ਪੂਰਾ ਪੈਨ ਪੰਜਾਬ ਆਪਾਂ ਕਵਰ ਕਰਦੇ ਹਾਂ। ਆਰਮੀ ਵਾਲੇ ਲਈ ਸੈਮਸੰਗ ਦੇ ਸੇਮ ਆਫਰ ਹੈਗੀ ਆ, ਪਲੱਸ ਇੱਕ ਚੀਜ਼ ਹੋਰ ਆ ਕਿ 6,000 ਰੁਪਏ ਦਾ ਕੈਸ਼ਬੈਕ ਚੱਲਦਾ ਪਿਆ। ਜੇ ਤੁਸੀਂ ਸਾਡੇ ਕੋਲ ਲਓਗੇ ਆਈਫੋਨ 15 ਲਓਗੇ, ਆਈਫੋਨ 15 ਲਓਗੇ, 15 ਪਲੱਸ ਵਗੈਰਾ ਲਓਗੇ ਤੁਸੀਂ, ਅਤੇ ਇਹਦੇ ਵਿੱਚ ਜੇ ਤੁਹਾਡੇ ਕੋਲ ICICI ਜਾਂ SBI ਦਾ ਕ੍ਰੈਡਿਟ ਕਾਰਡ ਹੈਗਾ, ਤਾਂ 6,000 ਦੇ ਇੱਥੇ ਕੈਸ਼ਬੈਕ, ਪਲੱਸ 6 ਮਹੀਨੇ ਦੀ ਜਿਹੜੀ ਆ ਨੋ ਕੋਸਟ EMI ਆ, 6 ਮਹੀਨੇ ਦੀ EMI 'ਤੇ ਕੋਈ ਇੰਟਰਸਟ ਨਹੀਂ ਹੈਗਾ, ਤੁਹਾਡੇ ਕੋਲ ਕਾਰਡ ਹੋਣਾ ਚਾਹੀਦਾ। ਕਿਆ ਬਾਤ ਹੈ! ਹਾਂਜੀ, ਅਤੇ ਜੇ ਇਸ ਤੋਂ ਜ਼ਿਆਦਾ ਵੀ EMI ਕਰਨੀ ਉਹ ਵੀ ਹੋ ਜੂਗੀ ਕਾਰਡ 'ਤੇ, ਬਟ ਉਹ ਫਿਰ ਥੋੜ੍ਹਾ ਜਿਹਾ ਕੋਸਟਲੀ ਪੈ ਜਾਂਦਾ ਕੰਮ ਜੀ। ਅਤੇ ਆਪਣੇ ਹੋਰ ਦੁਕਾਨ ਦੇ ਵਿੱਚ ਕੀ ਕੀ ਚੀਜ਼ਾਂ ਹੈਗੀਆਂ ਮਾੜੇ ਜਿਹੇ ਕਸਟਮਰ ਦੀ? ਰਿਪੇਅਰ ਵਗੈਰਾ ਵੀ ਹੁੰਦੀ ਹੈ, ਸਾਰਾ ਕੁਝ ਅਵੇਲੇਬਲ ਆ, ਅਸੈਸਰੀਜ਼ ਅਵੇਲੇਬਲ ਆ, ਤੁਸੀਂ ਵਾਚ ਕੋਈ ਲੈਣੀ ਹੈ ਵਾਚ 'ਤੇ ਵੀ EMI ਬਣਾ ਦਾਂਗੇ, ਏਅਰਪੋਰਟ ਦੀ ਵੀ 500-700 ਰੁਪਏ ਤੱਕ EMI ਬਣ ਜੂਗੀ ਜੇ ਤੁਸੀਂ ਲੈਣੀ ਹੈ, ਵਾਚ ਲੈਣੀ ਹੈ ਵਾਚ ਵੀ ਆਪਾਂ EMI ਕਰ ਦਾਂਗੇ ਜੀ। ਠੀਕ ਹੈ ਜੀ, ਬਿਲਕੁਲ ਸਰ। ਅਤੇ ਹੋਰ ਦੱਸੋ ਦਰਸ਼ਕਾਂ ਨੂੰ ਕਿਹੜਾ ਮਾੜਾ ਜਿਹਾ ਮੇਨ? ਆਪਣੇ ਕੋਲ ਵੈਸੇ ਐਂਡਰੋਇਡ ਵਗੈਰਾ ਵੀ ਹੁੰਦੇ, ਬਟ ਮੇਜਰ ਜਿੱਦਾਂ ਹੁਣ ਇਹਨਾਂ ਤੋਂ ਸ਼ੁਰੂ ਕਰ ਲੈਂਦੇ ਆਪਾਂ। ਸਾਡੇ ਕੋਲ ਤੁਹਾਨੂੰ iPhone 6 ਤੋਂ ਲੈ ਕੇ 15 Pro Max ਤੱਕ ਸਾਰੇ ਮਿਲ ਜਾਣਗੇ, ਡੱਬਾ ਬੰਦ ਜਿਹੜੇ ਮਾਡਲ ਰਨਿੰਗ 'ਚ ਆ ਰਹੇ ਉਹ ਮਿਲ ਜਾਣਗੇ, ਬਾਕੀ ਲੂਜ਼ ਦੇ ਵਿੱਚ ਮਿਲ ਜਾਣਗੇ। 15 Pro ਮਿਲ ਜੂਗੇ ਜੀ, 12 ਮਿਲ ਜਾਣਗੇ, 7 ਮਿਲ ਜਾਣਗੇ ਤੁਹਾਨੂੰ ਮੈਂ 15 Pro 'ਤੇ ਡੀਲ ਓਪਨ ਬੁੱਕਸ 'ਤੇ ਦੇ ਦੇਣਾ ਜੀ। ਤੁਹਾਨੂੰ 81,500 ਦੇ ਵਿੱਚ 15 Pro ਦੇ ਦਾਂਗੇ, 81,500 ਦੇ ਵਿੱਚ 9-10 ਮਹੀਨੇ ਦੀ ਵਾਰੰਟੀ ਹੋਊਗੀ ਜੀ, ਕਿਤੇ ਨਹੀਂ ਰੇਟ ਮਿਲਣਾ। ਆਈਫੋਨ 11 128 GB ਦੇ ਦਾਂਗੇ ਜੀ,
ਐਕਸ ਦੇ ਦਾਂਗੇ, 12 ਦੇ ਦਾਂਗੇ, 12 ਪ੍ਰੋ ਦੇ ਦਾਂਗੇ, ਫੋਲਡ ਦੇ ਦਾਂਗੇ ਜੀ, ਬੜਾ ਸ਼ਾਨਦਾਰ ਹੈ ਇਹਦਾ ਮਾੜਾ ਦਸਕਾਂ, ਇਹ ਫੋਲਡ ਦੇ ਦਾਂਗੇ ਜੀ ਤੁਹਾਨੂੰ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਵਾਲਾ। ਆਹ ਲਓ ਜੀ, ਇਹ ਤਾਂ ਛੱਡੋ ਸਾਈਡ 'ਤੇ ਕਰ ਦਿਓ ਇਹਦਾ, ਆਹ ਲਓ ਜੀ ਜਸਟ ਓਪਨ ਬਾਕਸ ਫੋਲਡ ਵਿਦ ਕਾਲ ਰਿਕਾਰਡਿੰਗ। ਬਹੁਤੇ ਲੋਕਾਂ ਨੂੰ ਹੁੰਦਾ ਕਿ ਕਾਲ ਰਿਕਾਰਡਿੰਗ ਚਾਹੀਦੀ, 55,000 ਦੇ ਵਿੱਚ ਦੇ ਦਾਂਗੇ ਫੋਲਡ 3 ਫੋਨ, ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ, ਚੈੱਕ ਕਰ ਸਕਦੇ ਹੋ ਜੀ ਤੁਸੀਂ। ਅਤੇ ਆਈਫੋਨ ਐਕਸ ਦੇ ਦਾਂਗੇ ਜੀ, ਹੋਰ ਲੈ ਲਓ 12 ਪ੍ਰੋ ਵਗੈਰਾ ਜੇ ਉਹ, ਸਾਰਾ ਕੁਛ ਆਲਮੋਸਟ ਆਪਣੇ ਕੋਲ ਅਵੇਲੇਬਲ ਹੀ ਹੁੰਦਾ ਹੈ ਜੀ। ਅਤੇ ਇਹ ਨਾ ਹੋਵੇ ਕਿ ਤੁਹਾਡੇ ਕੋਲ ਲੈ ਕੇ ਚਲਦੇ ਮਾਲਕ ਡੰਮੀ ਨਿਕਲੇ, ਨਹੀਂ ਨਹੀਂ ਉਹ ਕੋਈ ਚੱਕਰ ਨਹੀਂ, ਸ਼ੋਪ ਵਾਰੰਟੀ ਵੀ ਦੇਵਾਂਗੇ। ਮੰਨ ਕੇ ਚਲੋ ਤੁਸੀਂ ਤੁਹਾਡੇ ਕੋਲ ਅੱਜ ਫੋਨ ਲੈਣਾ ਹੈ, ਸੈਕਿੰਡ ਹੈਂਡ ਫੋਨਾਂ ਦੀ ਵੈਸੇ ਕੋਈ ਵਾਰੰਟੀ ਕੋਈ ਨਹੀਂ ਦਿੰਦਾ, ਆਪਾਂ ਤੁਹਾਨੂੰ ਥੋੜ੍ਹੇ ਦਿਨਾਂ ਦੀ ਉੱਤੇ ਵੀ ਟੈਸਟਿੰਗ ਵਾਰੰਟੀ ਦੇਵਾਂਗੇ। ਮੰਨ ਕੇ ਚਲੋ ਤੁਸੀਂ ਮੇਰੇ ਕੋਲ 15 ਪ੍ਰੋ ਲੈ ਗਏ, 14 ਪ੍ਰੋ ਸੈਕਿੰਡ ਹੈਂਡ ਲੈ ਗਏ, ਜਿਹੜਾ ਵਾਰੰਟੀ ਆਊਟ ਵੀ ਲੈ ਗਏ, ਤੁਹਾਨੂੰ ਘਰ ਜਾ ਕੇ ਲੱਗਦਾ 2-4 ਦਿਨ, ਹਫ਼ਤੇ ਨੂੰ ਵੀ ਲੱਗਦਾ ਕਿ ਨਹੀਂ ਯਾਰ ਫੋਨ ਕੋਈ ਪ੍ਰੋਬਲਮ ਕਰਦਾ, ਆਪਣੇ ਕੋਲ ਫ੍ਰੀ ਰਿਪਲੇਸਮੈਂਟ ਹੈਗੀ ਹੈ ਜੀ ਉਸ ਚੀਜ਼ ਦੀ, ਕੋਈ ਚੱਕਰ ਨਹੀਂ ਹੈਗਾ। ਇਹ ਨਹੀਂ ਹੈ ਕਿ ਤੁਸੀਂ ਸਾਡੀ ਦੁਕਾਨ 'ਤੇ ਖੜ ਕੇ ਬਾਅਦ ਚਲੇ ਗਏ ਆਪਾਂ ਕਹਾਂਗੇ ਨਹੀਂ ਯਾਰ ਸਾਨੂੰ ਨਹੀਂ ਪਤਾ ਤੁਸੀਂ ਕੀ ਕਰ ਲਿਆਓਗਾ, ਆਪਾਂ ਫਿਰ ਵੀ ਸੁਣਵਾਈ ਕਰਾਂਗੇ, ਕੋਈ ਚੱਕਰ ਨਹੀਂ। ਹੈਰੀ ਵੀਰ ਜੀ, ਤੁਸੀਂ ਸਾਰਾ ਇੱਕ ਸਮਾਨ ਜਿੰਨਾ ਰੱਖਿਆ, ਅਤੇ ਇੱਕ ਵਾਰੀ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਕਿ ਹਾਂ ਵੀ ਆਪਣਾ ਐਡਰੈਸ ਵੀ ਦੱਸੋ ਅਤੇ ਆਪਣਾ ਫੋਨ ਨੰਬਰ ਦੱਸੋ ਤਾਂ ਕਿ ਤੁਹਾਡੇ ਕੋਲ ਪਹੁੰਚ ਸਕੇ। ਬਿਲਕੁਲ ਸਰ, ਆਪਣਾ ਐਡਰੈਸ ਹੈਗਾ ਜੀ ਫਗਵਾੜੇ ਤੋਂ ਜਲੰਧਰ ਦੇ ਵਿੱਚ ਲਵਲੀ ਯੂਨੀਵਰਸਿਟੀ ਆਉਂਦੀ ਹੈ ਜੀ, ਸੈਂਟਰ ਪੁਆਇੰਟ। ਜਲੰਧਰ ਵਾਲਿਆਂ ਨੂੰ ਵੀ ਆਉਂਦੀ ਹੈ, ਫਗਵਾੜੇ ਵਾਲਿਆਂ ਨੂੰ ਵੀ, ਅੱਜ ਕੱਲ੍ਹ ਈਸਟਵੁੱਡ ਤਾਂ ਹਰੇਕ ਕੋਈ ਆਉਂਦੀ ਹੈ, ਸਾਡੀ ਦੁਕਾਨ ਦੇ ਈਸਟਵੁੱਡ ਤੋਂ 2 ਮਿੰਟ ਲੱਗਦੇ ਆ ਉਹਨੂੰ। ਮੇਨ ਜੀ ਟੀ ਰੋਡ ਤੋਂ ਜਦੋਂ ਯੂਨੀਵਰਸਿਟੀ ਤੋਂ ਮੇਨ ਜੀ ਟੀ ਰੋਡ ਆਉਂਦਾ ਆ, ਉਸ ਤੋਂ ਤੁਸੀਂ ਜਦੋਂ ਮੇਹੜੂ ਰੋਡ, ਲਾਗੇਟ ਰੋਡ ਸਾਰਿਆਂ ਨੇ ਸੁਣਿਆ ਹੋਣਾ ਆ, ਉਸ ਰੋਡ 'ਤੇ ਆਉਂਦੇ ਹੋ ਲਵਲੀ ਯੂਨੀਵਰਸਿਟੀ ਤੋਂ, ਤਾਂ ਤੁਹਾਨੂੰ ਸਾਡੀ ਸ਼ੋਪ ਮਿਲ ਜੂਗੀ। ਜੀ ਟੀ ਰੋਡ 'ਤੇ ਸਿਰਫ 500 ਮੀਟਰ ਜਿਹੜੇ ਆ ਹੈਗਾ, ਤੁਸੀਂ ਮੈਪ ਦੇ ਵਿੱਚ ਜਸਟ ਐਰੀਲ ਬਣਾ ਸਰਚ ਕਰ ਲਓਗੇ ਤਾਂ ਤੁਹਾਨੂੰ ਸਾਡੇ ਸਟੋਰ ਦੀ ਲੋਕੇਸ਼ਨ ਮਿਲ ਜੂਗੀ ਜੀ। ਅਤੇ ਇੱਕ ਵਾਰੀ ਆਪਣੇ ਫੋਨ ਦਾ ਨੰਬਰ ਵੀ ਦੱਸ ਦਿਓ। ਫੋਨ ਨੰਬਰ ਹੈਗਾ ਜੀ 9592622168268650010। ਕਈ ਵਾਰ ਕਾਲ ਨਹੀਂ ਚੱਕ ਹੁੰਦੀ ਕਿਉਂਕਿ ਕਾਲ ਆਲਰੇਡੀ ਬਹੁਤ ਜ਼ਿਆਦਾ ਹੁੰਦੀ ਹੈ, ਸੋ ਬੈਟਰ ਇਹ ਹੈ ਕਿ ਤੁਸੀਂ ਵਟਸਐਪ 'ਤੇ ਮੈਸੇਜ ਡਰੋਪ ਕਰ ਦਿਆ ਕਰੋ ਜੇ ਤੁਹਾਡੀ ਕਾਲ ਨਹੀਂ ਅਟੈਂਡ ਹੁੰਦੀ। ਵਟਸਐਪ 'ਤੇ ਹੈ ਨਾ ਕਿ ਹੁਣ ਤੁਸੀਂ ਮੈਸੇਜ ਪਾਓਗੇ, ਅਸੀਂ ਇਸ ਟਾਈਮ ਬਿਜ਼ੀ ਹੈ, ਤੁਹਾਡਾ ਸ਼ਾਮ ਨੂੰ ਦੁਪਹਿਰ ਨੂੰ ਰਿਪਲਾਈ ਕਰ ਦਾਂਗੇ। ਕਾਲ ਇੱਕ ਵਾਰੀ ਮਿਸ ਹੋ ਜਾਵੇ ਉਹ ਤੋਂ ਬਾਅਦ ਦੁਬਾਰਾ ਕਾਲ ਕਰਨੀ ਔਖੀ ਹੁੰਦੀ ਸਾਰਿਆਂ ਨੂੰ, ਸੋ ਬੈਟਰ ਆਪਸ਼ਨ ਇਹ ਹੈ ਕਿ ਤੁਸੀਂ ਵਟਸਐਪ 'ਤੇ ਮੈਸੇਜ ਕਰੋ, ਬਾਕੀ ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਵੀ ਮੈਸੇਜ ਕਰ ਸਕਦੇ ਹੋ। ਇੰਸਟਾਗ੍ਰਾਮ ਦੀ ਆਪਣੀ ਆਈ ਡੀ ਦੱਸੋ। ਇੰਸਟਾਗ੍ਰਾਮ ਦੀ ਆਈ ਡੀ ਹੈਗੀ ਜੀ @_ਲਵਾਣਾ ਜੀ, ਜੇ ਤਾਂ ਆਲਰੇਡੀ 130,000 ਫੋਲੋਅਰ ਹੈਗਾ ਆ, ਤੁਸੀਂ ਚੈੱਕ ਕਰ ਸਕਦੇ ਹੋ। ਪੂਰਾ ਟਰਸਟਡ ਕੰਮ ਇਹ ਨਹੀਂ ਹੈਗਾ ਕਿ ਨਾ ਕਿ ਉੱਦਾਂ ਕਿ ਰੇਟ ਪਾਤੇ ਬਾਅਦ 'ਚ ਕੋਈ ਸੁਣਵਾਈ ਨਹੀਂ, ਬਿਲਕੁਲ ਟਰਸਟਡ ਕੰਮ ਹੈਗਾ ਆਪਾਂ। ਜਿਹੜਾ ਸਾਡੀ ਆਈਡੀ ਨੂੰ ਫੋਲੋ ਕਰਕੇ ਆਊਗਾ, ਕੋਈ ਵੀ ਫੋਨ ਲਊਗਾ, ਉਹਨੂੰ ਨਾਲ ਇੱਕ ਨੈਕ ਬੈਂਡ ਐਕਸਟਰਾ ਦਿੱਤਾ ਜਾਊਗਾ। ਕੀ ਬਾਤ ਹੈ ਜੀ, ਬਿਲਕੁਲ ਸਰ। ਇਹਨਾਂ ਨੇ ਰਵੀਰ ਜੀ ਨੇ ਕਾਫੀ ਇਨਾਮ ਦੇ ਰਹੇ ਆ, ਤੁਸੀਂ ਦਰਸ਼ਕੋ ਇੱਕ ਵਾਰੀ ਜ਼ਰੂਰ ਪਹੁੰਚੋ ਇੱਥੇ ਆ ਕੇ, ਹਰੇਕ ਸਮਾਨ ਤੁਹਾਨੂੰ ਸਸਤਾ ਹੀ ਮਿਲੇਗਾ ਬਾਜ਼ਾਰ ਨਾਲ। 15 ਪ੍ਰੋ ਮੈਕਸ ਜਾਂਦੇ ਦੇ ਡੀਲ ਦੇ ਦਿੰਦੇ ਹਾਂ ਜੀ, 15 ਪ੍ਰੋ ਮੈਕਸ ਤੁਹਾਨੂੰ ਡੱਬਾ ਬੰਦ ਆਪਾਂ ਦੇ ਦਾਂਗੇ, ਨੈਚੁਰਲ ਟਾਈਟੇਨੀਅਮ ਕਲਰ ਜਿਹੜਾ ਕਿ ਮਾਰਕੀਟ ਸਭ ਤੋਂ ਮਹਿੰਗਾ ਮਿਲਦਾ, 1,09,500 ਦੇ ਵਿੱਚ 15 ਪ੍ਰੋ ਮੈਕਸ ਡੱਬਾ ਬੰਦ ਦੇ ਦਾਂਗੇ। ਕੀ ਬਾਤ, ਠੀਕ ਹੈ ਜੀ। ਹੋਰ ਦੱਸੋ, ਚਲੋ 500 ਹੋਰ ਛੱਡਿਆ ਤੁਹਾਡੇ ਨਾਮ 'ਤੇ, ਜੇ ਕੋਈ ਤੁਹਾਡਾ ਵੀਡੀਓ ਦੇਖ ਕੇ ਆਊਗਾ ਉਹਨੂੰ 500 ਰੁਪਏ ਹੋਰ ਛੱਡਿਆ, 1,09,000 ਦੇ ਵਿੱਚ 15 ਪ੍ਰੋ ਮੈਕਸ ਡੱਬਾ ਬੰਦ ਜਿਹੜਾ ਆਪਣੇ ਕੋਲ ਸਟਾਰਟਿੰਗ ਹੈਗਾ ਜੀ। ਹੈਰੀ ਵੀਰ ਜੀ, ਤੁਸੀਂ ਔਨ ਸਕਰੀਨ ਕਹਿ ਰਹੇ, ਸਭ ਕੁਝ ਦੇਖ ਲਓ, ਬਾਅਦ 'ਚ ਇਹ ਨਾ ਹੋਵੇ ਤੁਸੀਂ ਲਿਆਉਣਾ, ਤੁਸੀਂ ਲੈ ਜਾਓ, ਚਾਹੇ ਹੋਰ ਤੁਹਾਨੂੰ 500 ਹੋਰ ਲੈਸ ਦੇ ਦਾਂਗੇ। ਹੋਰ ਦੱਸੋ, ਠੀਕ ਹੈ ਜੀ, 1,09,000 ਦੇ ਵਿੱਚ 15 ਪ੍ਰੋ ਮੈਕਸ ਨੈਚੁਰਲ ਟਾਈਟੇਨੀਅਮ ਡੱਬਾ ਬੰਦ। ਇਸ ਤੋਂ ਇਲਾਵਾ ਜੇ ਕੋਈ ਸ਼ੋਪਕੀਪਰ ਵੀਰ ਆਇਆ ਉਹਨੂੰ ਚਾਹੀਦੀ ਹੈ ਤਾਂ ਉਹ ਲਈ ਰੇਟ ਹੋਰ ਅਲੱਗ ਹੋ ਜਾਣਗੇ ਜੀ। ਬਿਲਕੁਲ, ਇੱਕ ਵਾਰੀ ਦਰਸ਼ਕਾਂ ਨੂੰ ਫਿਰ ਆਪਣਾ ਐਡਰੈਸ ਦੱਸ ਦਿਓ। ਸਰ ਐਡਰੈਸ ਹੈਗਾ ਲਵਲੀ ਯੂਨੀਵਰਸਿਟੀ ਦੇ ਕੋਲ, ਜਲੰਧਰ ਤੋਂ ਫੁਆੜ ਦੇ ਸੈਂਟਰ 'ਚ ਲਵਲੀ ਯੂਨੀਵਰਸਿਟੀ, ਉਹਦੇ ਤੋਂ ਲਾਗੇਟ ਰੋਡ 'ਤੇ ਮੇਨ ਜੀ ਟੀ ਰੋਡ 'ਤੇ ਸਿਰਫ 500 ਮੀਟਰ ਦੂਰ ਜਿਹੜਾ ਆਪਣਾ ਸਟੋਰ ਦਾ ਲੋਕੇਸ਼ਨ ਹੈਗੀ, ਤੁਸੀਂ ਮੈਪ 'ਚ ਐਰੀ ਲਵਾਣਾ ਸਰਚ ਕਰੋ, ਤੁਹਾਨੂੰ ਲੋਕੇਸ਼ਨ ਮਿਲ ਜੂਗੀ। ਅਤੇ ਬਾਕੀ ਤੁਸੀਂ ਬਾਹਰ ਇੱਕ ਵਾਰੀ ਕਲਿੱਪ ਸਾਡੀ ਸ਼ੋਪ ਦਾ ਲਾ ਦਿਓ ਤਾਂ ਕਿ ਈਜ਼ੀ ਹੋ ਜੂਗਾ, ਕਿਉਂਕਿ ਕਈ ਵਾਰ ਬੰਦਾ ਮਿਸਗਾਈਡ ਹੋ ਗਏ ਕਿਸੇ ਦੂਸਰੀ ਸ਼ੋਪ 'ਤੇ ਜਾਂਦੇ। ਲੋਕੇਸ਼ਨ ਵੀ ਦੱਸ ਦੇਵਾਂਗੇ ਨਾਲ ਜੀ ਜੀ ਬਿਲਕੁਲ ਸਰ, ਬਾਹਰ ਤੁਸੀਂ ਕਲਿੱਪ ਲਾ ਦਿਓ, ਵੱਡੀ ਸਾਰੀ ਬਿਲਡਿੰਗ ਹੈਗੀ ਆ, ਇਕੱਲੀ ਬਿਲਡਿੰਗ ਜਿਹੜੀ ਆ ਆਪਣੀ ਇੱਥੇ ਆ ਸਟੋਰ ਦੀ ਜੀ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਥੈਂਕ ਯੂ ਸਰ, ਥੈਂਕ ਯੂ ਜੀ।